ਇਹ ਆਪਣੇ ਦੌਰ ਦਾ ਪਿੰਡ 'ਚ ਬਣਾਇਆ ਬੜਾ ਖੂਬਸੂਰਤ ਮਹੱਲ, ਅੱਜ ਇਹ ਵੀ ਆਖਰੀ ਸਮਾਂ ਲੈ। ਉਸ ਦੌਰ ਦੇ ਜਿਹੜੇ ਪੁਰਾਣੇ ਦਰਵਾਜ਼ੇ ਨੂੰ ਕੁੰਡੇ ਕਬਜ਼ੇ ਲੱਗੇ ਨੇ, ਇਹਨਾਂ ਦੇ ਬਾਰੇ 'ਚ ਕਿਹਾ ਜਾਂਦਾ ਕਿ ਜਿਨ੍ਹਾਂ ਮਿਸਤਰੀਆਂ ਬਣਾਏ ਸਨ। ਅਲੀਪੁਰ ਸ਼ਹੀਦਾਂ ਦੀ ਰੂਹਾਨੀ ਸ਼ਖਸੀਅਤ ਪੀਰ ਸੈਯਦ ਜਮਾਤ ਅਲੀ ਸ਼ਾਹ ਹੋਰਾਂ ਦੇ ਦਰਬਾਰ 'ਤੇ ਬੈਠ ਕੇ ਅੱਜ ਵੀ ਤੁਸੀਂ ਵੇਖ ਸਕਦੇ ਹੋ ਅਕੀਦਤਮੰਦ। ਦੇਖੋ ਜੀ, ਕਮਰੇ, ਅਲਮਾਰੀਆਂ, ਦਰਵਾਜ਼ੇ ਅਤੇ ਉਹਨਾਂ ਦੇ ਉੱਤੇ ਪਈਆਂ ਦੀਆਂ ਉਸ ਦੌਰ ਦੀਆਂ ਕਦੀਮੀ ਛੱਤਾਂ, ਅੱਜ ਸਾਰਾ ਇਹ ਉਹ ਤਾਰੀਖੀ ਚੁਬਾਰਾ ਜਿਹੜਾ ਲਓ ਜੀ ਛੱਤ 'ਤੇ ਚੱਲ ਕੇ ਤੁਹਾਨੂੰ ਦਿਖਾ ਲਿਆ, ਤੁਸੀਂ ਹੈਰਾਨ ਰਹਿ ਜਾਓਗੇ। ਅਸਲਾਮ ਵਾਲੇਕੁਮ ਦੋਸਤੋ, ਮੈਂ ਔਰੰਗਜ਼ੇਬ ਬੇਗ, ਇਸ ਵੇਲੇ ਆਇਆ ਵਾਂ ਅਲੀਪੁਰ ਸ਼ਹੀਦਾਂ ਸ਼ਰੀਫ। ਇਹ ਪਿੰਡ ਹੈਗਾ ਜ਼ਿਲ੍ਹਾ ਨਾਰੋਵਾਲ ਦਾ, 1947 ਦੀ ਪਾਰਟੀਸ਼ਨ ਤੋਂ ਪਹਿਲੇ ਜ਼ਿਲ੍ਹਾ ਸਿਆਲਕੋਟ ਸੀ। ਅਤੇ ਇੱਥੇ ਹੈਗੀ ਹੈ ਪੀਰ ਸੈਯਦ ਜਮਾਤ ਅਲੀ ਸ਼ਾਹ ਸਾਹਿਬ ਦੀ ਬੜੀ ਪੁਰਾਣੀ ਹਵੇਲੀ, ਤਾਰੀਖੀ ਹਵੇਲੀ, ਜਿਹੜੀ ਕਿ ਅੱਜ ਵੀ ਮੌਜੂਦ ਹੈ, ਲੇਕਿਨ ਉਹਦੀ ਕੀ ਕੰਡੀਸ਼ਨ ਹੈ ਚਲੋ ਅੰਦਰ ਜਾ ਕੇ ਦੇਖਦੇ ਹਾਂ ਹਵੇਲੀ ਅੱਜ ਕੇ ਸਾਲ ਦੇ 'ਚ। ਦੋਸਤੋ, ਅਲੀਪੁਰ ਸ਼ਹੀਦਾਂ ਪਿੰਡ ਬਹੁਤ ਤਾਰੀਖੀ ਔਰ ਕਦੀਮੀ ਪਿੰਡ ਹੈਗਾ, ਜਿਹੜਾ ਕਿ ਰੂਹਾਨੀ ਸ਼ਖਸੀਅਤ ਪੀਰ ਸੈਯਦ ਜਮਾਤ ਅਲੀ ਸ਼ਾਹ ਸਾਹਿਬ ਦੀ ਬਰਥ ਪਲੇਸ ਹੈ ਔਰ ਉਹ ਇੱਥੇ ਆਪਣਾ ਆਸਥਾਨ ਨਾਲ ਹੀ ਆ ਉਹਨਾਂ ਦਾ। ਇਹ 1947 ਦੀ ਤੋਂ ਪਾਰਟੀਸ਼ਨ ਹੋਈ ਅਤੇ ਜ਼ਿਲ੍ਹਾ ਸਿਆਲਕੋਟ ਦਾ ਹਿੱਸਾ ਸੀ, ਲੇਕਿਨ ਹੁਣ ਜ਼ਿਲ੍ਹਾ ਨਾਰੋਵਾਲ ਦਾ ਹਿੱਸਾ ਹੈ। ਇਹ ਵਾਕਿਆ ਹੈਗਾ ਨਾਰੋਵਾਲ ਔਰ ਸਿਆਲਕੋਟ ਜਿਹੜਾ ਰੋਡ ਆਪਸ ਵਿੱਚ ਮਿਲਾਉਂਦਾ ਉੱਥੇ ਹੈਗਾ। ਅਤੇ ਇੱਥੇ ਜਨਾਬ ਮੁਸਲਿਮ ਸ਼ਖਸੀਅਤ, ਰੂਹਾਨੀ ਸ਼ਖਸੀਅਤ ਪੀਰ ਸੈਯਦ ਜਮਾਤ ਅਲੀ ਸ਼ਾਹ ਦੀ ਪੁਰਾਣੀ ਹਵੇਲੀ, ਪੁਰਾਣਾ ਘਰ, ਦਰਜਨੋਂ ਕਮਰੇ ਸਨ ਉਹਦੇ। ਅੱਜ ਕੇ ਸਾਲ 'ਚ ਮੈਂ ਤੈਨੂੰ ਇਹੋ ਵਹਾਲਣ ਜਾ ਰਿਹਾ। ਅਸੀਂ ਜਨਾਬ ਇਹ ਅਲੀਪੁਰ ਸ਼ਹੀਦਾਂ ਪਹੁੰਚ ਚੁੱਕੇ ਹਾਂ। ਇਹ ਜਨਾਬ ਰਾਈਟ ਸਾਈਡ 'ਤੇ ਅੱਗੇ ਦਰਬਾਰ ਆਉਣੇ ਸ਼ੁਰੂ ਹੋ ਜਾਣਗੇ। ਅੱਛਾ, ਇਹ ਦੋਸਤੋ ਲੈਫਟ ਸਾਈਡ 'ਤੇ ਖੱਬੇ ਹੱਥ ਇਹ ਹਵੇਲੀ ਦੀ ਬੈਰੂਨੀ ਦੀਵਾਰ ਦੇਖੋ ਤੁਸੀਂ, ਕਿੰਨੀਆਂ ਜ਼ਿਆਦਾ ਖਿੜਕੀਆਂ ਲੱਗੀਆਂ ਨੇ ਔਰ ਸਾਦਾ ਕੰਮ ਇੱਟਾਂ ਦਾ। ਇਹ ਦੇਖੋ ਤੁਸੀਂ, ਇਹ ਤੁਹਾਨੂੰ ਕਲੋਜ਼ ਕਰਕੇ ਦਿਖਾ ਲੈਣਾ, ਵੀਡੀਓ ਦੇ ਅੰਦਰ ਹਵੇਲੀ ਦੇ ਅੰਦਰ ਜਾ ਕੇ ਤੁਹਾਨੂੰ ਵਾਲਣਾ ਅਤੇ ਤੁਸੀਂ ਹੈਰਾਨ ਰਹਿ ਜਾਓਗੇ ਕਿ ਹਵੇਲੀ ਦੇ ਅੰਦਰ ਹੈ ਕੀ ਹੈ। ਜਿਹੜੀ ਐਡੀ ਕੀਮਤੀ, ਤਾਰੀਖੀ ਔਰ ਪੁਰਾਣੀ ਇੱਕ ਰੂਹਾਨੀ ਸ਼ਖਸੀਅਤ ਦੀ ਮਲਕੀਅਤ ਹਵੇਲੀ ਹੈ, ਉਹ ਅੱਜ ਕੇ ਸਾਲ 'ਚ ਮੈਂ ਅੰਦਰ ਜਾ ਕੇ ਤੁਹਾਨੂੰ ਦਿਖਾ ਲਿਆ, ਲੇਕਿਨ ਪਹਿਲਾਂ ਤੁਹਾਨੂੰ ਦਿਖਾ ਦਈਏ ਕਿ ਇਹ ਦੇਖੋ ਕਿੰਨਾ ਸਾਦਾ ਆਪਣੇ ਦੌਰ ਦਾ ਕੰਮ ਹੋਇਆ, ਠੀਕ ਹੈ ਨਾ। ਇਹ ਜਨਾਬ ਬਿਲਕੁਲ ਪਿੰਡ ਦੇ ਵਿੱਚ ਹਵੇਲੀ ਹੈ, ਕਿਉਂਕਿ ਉਦੋਂ ਤੁਹਾਨੂੰ ਦੱਸਿਆ ਨਾ ਕਿ ਜਿਹੜੇ ਲੋਕ ਖਾਂਦੇ ਪੀਂਦੇ ਹੁੰਦੇ ਸਨ ਉਹ ਆਪਣਾ ਘਰ ਵੱਡਾ ਬਣਾਉਂਦੇ ਹੁੰਦੇ ਸਨ ਔਰ ਪਿੰਡ ਦੇ ਵਿੱਚ ਬਣਾਉਂਦੇ ਹੁੰਦੇ ਸਨ, ਦਰਮਿਆਨ ਦੇ ਵਿੱਚ ਬਣਾਉਂਦੇ ਹੁੰਦੇ ਸਨ। ਅਤੇ ਇਹ ਜਨਾਬ ਇਹ ਹੁਣ ਇੱਥੇ ਉਹਦੀ ਰਿਹਾਇਸ਼ 'ਤੇ ਨਹੀਂ, ਇਹ ਕਰਸਾ ਹੋ ਗਿਆ, ਲੇਕਿਨ ਇਹ ਚੁਬਾਰੇ ਅਤੇ ਇਹ ਦੀਵਾਰਾਂ, ਇਹ ਖੂਬਸੂਰਤ ਇੱਟਾਂ ਦੇ ਨਾਲ ਜਿਹੜਾ ਇਹ ਕੰਮ ਹੋਇਆ, ਇਸ ਚੀਜ਼ ਦੀ ਗਵਾਹੀ ਦਿੰਦਾ ਕਿ ਕਦੀ ਇਹ ਜਿਹੜੀ ਹਵੇਲੀ ਹੈ, ਮਹੱਲ ਹੈ, ਇਹ ਪੂਰੇ ਇਲਾਕੇ 'ਚ ਇਸ ਤਰ੍ਹਾਂ ਦਾ ਕੋਈ ਨਹੀਂ ਹੋਣਾ, ਜਿਹੜਾ ਕਿ ਅੱਜ ਹੁਣ ਬਹੁਤ ਹੀ ਬੁਸੀਦਾ ਹਾਲਤ ਦੇ ਵਿੱਚ, ਬਲਕਿ ਇਹਦੇ ਬਹੁਤ ਸਾਰੇ ਕਮਰੇ ਜਿਹੜੇ ਨੇ ਉਹ ਕਹਿੰਦੇ ਨੇ ਡਿੱਗਣਾ ਵੀ ਸ਼ੁਰੂ ਹੋ ਗਏ। ਅਤੇ ਅੰਦਰ ਚੱਲ ਕੇ ਵੀ ਤੁਹਾਨੂੰ ਦਿਖਾ ਦਿੰਦੇ ਹਾਂ ਜਨਾਬ ਹਵੇਲੀ। ਅੱਛਾ, ਇਹ ਜਨਾਬ ਜਿਹੜੀ ਮੈਂ ਤੁਹਾਨੂੰ ਦੀਵਾਰਾਂ ਵਿਖਾ ਚੁੱਕਿਆ, ਅਤੇ ਉੱਤੇ ਹੈਗੀ ਬਾਲਕੋਨੀ, ਲੱਕੜ ਦਾ ਸਾਰਾ ਕੰਮ ਹੋਇਆ ਇਹਦੇ 'ਤੇ। ਇਹ ਦੇਖੋ ਨਾ, ਪੂਰੀ ਲੱਕੜੀ ਦੀ ਜਨਾਬ ਖੂਬਸੂਰਤੀ। ਅਤੇ ਇਹ ਥੱਲੇ ਦੇ ਆ ਗਿਆ ਮੇਨ ਸਦਰ ਦਰਵਾਜ਼ਾ, ਮੇਨ ਦਰਵਾਜ਼ਾ ਇਹ ਹੈ, ਮੋਟੀ ਚੁਗਾਠ ਨੀਲੇ ਰੰਗ ਦੀ ਜਿਹੜੀ ਲੱਗੀ ਹੈ, ਇਹ ਹੁਣ ਅੰਦਰ ਜਾ ਕੇ ਤੁਹਾਨੂੰ ਦਿਖਾ ਲੈਂਦੇ, ਪਹਿਲਾਂ ਤੁਹਾਨੂੰ ਚੁਗਾਠ ਦਿਖਾ ਲਾਂ। ਵੇਖੋ ਜੀ, ਇਹ ਆਪਣੇ ਦੌਰ ਦੇ 'ਚ ਬਹੁਤ ਉੱਚੀ ਹਵੇਲੀ ਹੁੰਦੀ ਸੀ, ਲੇਕਿਨ ਹੁਣ ਇਹ ਦਰਵਾਜ਼ਾ ਤੁਸੀਂ ਦੇਖੋ ਵੀ ਅੱਧਾ ਅੱਧਾ ਜ਼ਮੀਨ 'ਚ ਦੱਸ ਚੁੱਕਿਆ। ਇਹ ਸਟਾਈਲ ਜੀ ਦਰਵਾਜ਼ਿਆਂ ਦੋਸਤ ਹੁੰਦਾ ਹੁੰਦਾ ਸੀ, ਗੱਟੀਆਂ ਲੱਕੜੀਆਂ ਲਾ ਕੇ, ਅਤੇ ਇਹਦੇ ਕੁੰਡੇ ਵੇਨੇ ਆ ਜੀ। ਓਏ ਹੋਏ ਹੋਏ, ਬੜੇ ਬੜੇ ਵੱਡੇ ਕੁੰਡੇ ਨੇ ਜੀ, ਆਹ ਦੇਖੋ ਕਿਆ ਬਾਤ ਹੈ। ਇਹ ਜਨਾਬ ਇਹਦੇ ਜਿਹੜੇ ਨੇ ਕਬਜ਼ੇ, ਕਿੱਲ ਕਬਜ਼ੇ ਤੁਸੀਂ ਦੇਖੋ, ਮਜ਼ਬੂਤ ਓਰਿਜਨਲ ਹਰ ਚੀਜ਼ ਨੂੰ ਲੱਗੀ ਹੈ। 100 ਸਾਲ ਤੋਂ ਜ਼ਿਆਦਾ ਹੋ ਗਿਆ ਇਸ ਹਵੇਲੀ ਨੂੰ ਬਣਿਆ, 100 ਸਾਲ ਤੋਂ ਜ਼ਿਆਦਾ। ਇਹ ਗੈਲਰੀ ਹੈਗੀ ਹੈ, ਡਿਊਟੀ ਹੈਗੀ ਹੈ, ਉਹਦੇ ਨਾਲ ਲੈਫਟ ਸਾਈਡ 'ਤੇ ਜਿਹੜਾ ਦੀਵਾਨਖਾਨਾ ਸੀ, ਔਰ ਇਹ ਸਾਹਮਣੇ ਤੁਸੀਂ ਜਾਓ ਤਾਂ ਰਾਈਟ ਸਾਈਡ 'ਤੇ ਇਹ ਸੀੜੀਆਂ, ਇਹ ਮੈਂ ਉੱਤੇ ਚੱਲ ਕੇ ਤੁਹਾਨੂੰ ਦਿਖਾ ਲਾਂ, ਪਹਿਲਾਂ ਥੱਲਿਓ ਤੁਹਾਨੂੰ ਮੈਂ ਦਿਖਾ ਲਾਂ ਹਵੇਲੀ, ਫਿਰ ਉੱਤੇ ਜਾ ਕੇ ਜ਼ਰਾ ਤੁਹਾਨੂੰ ਨਜ਼ਾਰੇ ਕਰਵਾਉਂਦੀ ਹਾਂ ਬਾਲਕੋਨੀ ਦੇ ਖੜ੍ਹੇ ਹੋ ਕੇ ਕਿ ਹਵੇਲੀ ਲੱਗਦੀ ਕਿਸ ਤਰ੍ਹਾਂ ਦੀ ਹੈ। ਇਹ ਜਨਾਬ ਹੁਣ ਇਸ ਵੇਲੇ ਜਾਨਵਰਾਂ ਦਾ ਬਾੜਾ ਬਣ ਚੁੱਕਿਆ, ਇਹ ਵਾਹ ਜੀ ਵਾਹ। ਇਹ ਸਟਰਕਚਰ ਵੇਖ ਕੇ ਇਹਦਾ ਲੱਗ ਰਿਹਾ ਕਿ ਕਿੱਡੀ ਖੂਬਸੂਰਤ, ਚਾਰੋਂ ਤਰਫ ਕਮਰੇ ਹੀ ਕਮਰੇ, ਡਬਲ ਸਟੋਰੀ ਕਮਰੇ ਹੀ ਕਮਰੇ ਜਨਾਬ, ਅਤੇ ਸਾਰੇ ਹਵਾਦਾਰ, ਕਿਉਂਕਿ ਖਿੜਕੀਆਂ ਦਰਵਾਜ਼ੇ। ਲਓ ਜੀ, ਇਹ ਵੇਖੋ ਆਪਣੇ ਦੌਰ ਦਾ ਤਾਰੀਖੀ ਕਦੀਮੀ ਮਹੱਲ। ਅੱਛਾ, ਇਹ ਦੇਖੋ ਹੁਣ ਕਮਰੇ ਤੁਸੀਂ ਦੇਖੀ ਜਾਓ, ਇਹ ਦਰਵਾਜ਼ੇ ਗਿਣੀ ਜਾਓ, ਠੀਕ ਹੈ ਨਾ, ਉੱਤੇ ਥੱਲੇ, ਇਹ ਬੜੇ ਵਸੀਹ ਕਮਰੇ ਨੇ, ਠੀਕ ਹੈ ਨਾ।
ਤੇ ਇਹ ਜਨਾਬ ਹੁਣ ਐਜ਼ ਜਿਹੜੀ ਮਹੱਲ ਸੀ ਪਿੰਡ ਦੇ ਲੋਕ ਨੂੰ ਸ਼ੀਸ਼ ਮਹੱਲ ਆਉਂਦੇ ਹੁੰਦੇ ਸਨ ਠੀਕ ਹੈ ਨਾ ਕਿਉਂਕਿ ਇਸ ਪੂਰੇ ਇਲਾਕੇ 'ਚ ਇਸ ਤਰ੍ਹਾਂ ਦਾ ਜਿਹੜਾ ਨਾ ਉਹ ਖੂਬਸੂਰਤ ਘਰ ਕਿਸੇ ਦਾ ਨਹੀਂ ਸੀ ਹੁੰਦਾ ਇਹ ਜਨਾਬ ਤੁਸੀਂ ਦੇਖੋ ਇਹ ਜੀ ਪੀਰ ਸੈਦ ਜਮਾਤ ਅਲੀ ਸ਼ਾਹ ਜਿਹੜੇ ਕਿ 1834 'ਚ ਅਲੀਪੁਰ ਸੈਦਾਂ ਦੇ ਸੈਦ ਘਰਾਣੇ 'ਚ ਪੈਦਾ ਹੋਏ ਸਨ ਇਹਨਾਂ ਦੇ ਵਾਲਾ ਸਾਹਿਬ ਦਾ ਨਾਂ ਸੀ ਸੈਦ ਕਰੀਮ ਸ਼ਾਹ ਅਤੇ ਇਹ ਉਹਨਾਂ ਬਜ਼ੁਰਗਾਂ ਨੇ ਹਵੇਲੀ ਬਣਾਈ ਸੀ 1947 ਦੀ ਪਾਰਟੀਸ਼ਨ ਤੋਂ ਢੇਰ ਪਹਿਲਾਂ ਕਿਉਂਕਿ ਇਹਦਾ ਫਨੇ ਤਾਮੀਰ ਹੀ ਲੱਗ ਰਿਹਾ ਹੈ ਜਿਹੜਾ ਕਿ ਉਸ ਦੌਰ ਦਾ ਦੇਖੋ ਨਾ ਬਾਲਕੋਨੀਆਂ ਜਿਸ ਤਰ੍ਹਾਂ ਜਰੋਕੇ ਬਣੇ ਨੇ ਅਤੇ ਇਹ ਜਨਾਬ ਹਾਲੇ ਉੱਤੇ ਜਾ ਕੇ ਤੁਹਾਨੂੰ ਨਜ਼ਾਰਾ ਦਿਖਾ ਲੈਣਾ ਪਹਿਲਾਂ ਕਮਰਾ ਤੁਹਾਨੂੰ ਦਿਖਾ ਲਾਂ ਜਿਹਦੀਆਂ ਛੱਤਾਂ ਟੋਟਲ ਡਿੱਗ ਚੁੱਕੀਆਂ ਨੇ ਅਤੇ ਛਤੀਰੀਆਂ ਰਹਿ ਗਈਆਂ ਨੇ ਉਸ ਦੌਰ ਦੀਆਂ ਲੱਕੜ ਇੰਨੀ ਕੁ ਲੱਗੀ ਇਹਨੂੰ ਕਿ ਕਿਹਾ ਜਾਂਦਾ ਸੀ ਕਿ ਪੂਰੇ ਇਲਾਕੇ ਦੇ ਜਿਹੜੇ ਮਿਸਤਰੀ ਸਨ ਨਾ ਜਿਹੜੇ ਤਰਖਾਣ ਸਨ ਉਹ ਇੱਥੇ ਆ ਕੇ ਨਾ ਅਤੇ ਹਵੇਲੀ ਬਣਾਉਂਦੇ ਰਹੇ ਸਨ ਔਰ ਇੱਕ ਅਰਸਾ ਲੱਗਾ ਸੀ ਹਵੇਲੀ ਨੂੰ ਤਮੀਰ ਹੁੰਦਿਆਂ ਅਤੇ ਇਹ ਜਨਾਬ ਹੁਣ ਇੱਥੇ ਉਹਨਾਂ ਨੇ ਆਪਣੀਆਂ ਬੱਕਰੀਆਂ ਵਗੈਰਾ ਇਹ ਬਜੀਆਂ ਨੇ ਜਾਨਵਰ ਠੀਕ ਹੈ ਨਾ ਕਿਉਂਕਿ ਹੁਣ ਕਾਬਲ ਇਸਤੇਮਾਲ ਨਹੀਂ ਰਿਹਾਇਸ਼ ਦੇ ਕਾਬਲ ਨਹੀਂ ਬਲਕਿ ਤਾਂ ਜਾਨਵਰਾਂ ਦੇ ਕਾਬਲ ਵੀ ਨਹੀਂ ਲੇਕਿਨ ਚਲੋ ਖੈਰ ਅੱਛਾ ਤੁਹਾਨੂੰ ਉਹਨਾਂ ਉੱਤੇ ਜਾ ਕੇ ਦਿਖਾਲਦੇ ਹਾਂ ਟਾਈਮ ਆ ਗਿਆ ਉੱਤੇ ਜਾਣ ਦਾ ਅਤੇ ਚਲੋ ਇਹ ਦੇਖੋ ਨਾ ਇਹ ਆ ਗਿਆ ਮੈਂ ਜਨਾਬ ਜਿੱਥੋਂ ਦੀ ਅੰਦਰ ਆਇਆ ਸਾਂ ਇਹ ਰਸਤਾ ਜਿੱਥੋਂ ਦੀ ਮੈਂ ਅੰਦਰ ਆਇਆ ਠੀਕ ਹੈ ਨਾ ਮੇਨ ਅਤੇ ਇਹ ਸੀੜੀਆਂ ਓਏ ਹੋਏ ਹੋਏ ਚਲੋ ਜੀ ਇਹ ਸਭ ਕੁਛ ਇਸ ਹਵੇਲੀ ਦਾ ਓਰੀਜਨਲ ਹਾਲ ਦੇ ਵਿੱਚ ਮੌਜੂਦ ਹੈਗਾ ਇਹ ਜਨਾਬ ਆ ਗਏ ਅਸੀਂ ਉੱਤੇ ਇਹ ਕਮਰੇ ਹੀ ਕਮਰੇ ਹੁਣ ਸ਼ੁਰੂ ਹੋ ਗਏ ਬਾਲਕੋਨੀ 'ਚ ਵਾਹ ਜੀ ਵਾਹ ਇਹ ਹੁਣ ਇੱਥੇ ਨਜ਼ਾਰਾ ਕਰੋ ਜੀ ਹਵੇਲੀ ਦੇ ਦੋਵੇਂ ਫਲੋਰ ਤੁਸੀਂ ਦੇਖ ਸਕਦੇ ਫਸਟ ਫਲੋਰ ਸੈਕਿੰਡ ਫਲੋਰ ਯਾਦਾਂ ਹੀ ਰਹਿ ਗਈਆਂ ਜੀ ਬਜ਼ੁਰਗ ਨਹੀਂ ਹੈ ਬਜ਼ੁਰਗ ਜਿਹੜੇ ਨੇ ਜਿਨ੍ਹਾਂ ਇਹ ਬਣਾਈਆਂ ਉਹ ਮਿਸਤਰੀ ਉਹ ਮਾਲਕਾਨ ਇਹਨਾਂ ਨੇ ਗੋਹ ਕੇ ਆਪਣਾ ਹੁਣ ਆਸਥਾਨਾ ਬਹੁਤ ਵੱਡਾ ਔਰ ਆਲੀਸ਼ਾਨ ਬਣਾ ਲਿਆ ਪਿੰਡੋਂ ਬਾਹਰ ਬਾਹਰ ਲੇਕਿਨ ਇਹ ਤਰੀਖੀ ਪੁਰਾਣੀ ਹਵੇਲੀ ਇਹ ਵਿੱਚ ਨਾ ਲੱਗਿਆ ਇਹ ਇਹ ਜਨਾਬ ਇਹਨਾਂ ਸ਼ਿਕਾਰ ਕੀਤਾ ਸੀ ਅਤੇ ਉਹਦਾ ਮੂੰਹ ਦੇ ਤੌਰ 'ਤੇ ਲਾਇਆ ਤਾ ਜਾਨਵਰ ਹੈ ਕੋਈ ਠੀਕ ਹੈ ਨਾ ਇਹ ਉਦੋਂ ਜਿਹੜੇ ਸਨ ਨਾ ਉਹ ਲਾਇਆ ਜਾਂਦਾ ਸੀ ਕਮਰਿਆਂ ਦੇ ਵਿੱਚ ਹੈ ਜਿਹੜੇ ਨੇ ਸ਼ਿਕਾਰ ਕਰਕੇ ਨਾ ਅਤੇ ਮੂੰਹ ਜਿਹੜੇ ਹੈਗੇ ਸਨ ਖਾ ਸ਼ੇਰ ਏ ਖਾ ਉਹ ਬੱਕਰਾ ਏ ਜਾਂ ਕੋਈ ਹੋਰ ਚੀਜ਼ ਏ ਇਹ ਦੇਖੋ ਵਾਹ ਜੀ ਵਾਹ ਅੱਛਾ ਇਹ ਉਹ ਕਮਰਾ ਜਿਹੜੀਆਂ ਛਤੀਰੀਆਂ ਡਿੱਗੀਆਂ ਤੁਹਾਨੂੰ ਥੱਲੇ ਉਹਦੀ ਦਿਖਾਇਆ ਸੀ ਨਾ ਨਜ਼ਾਰਾ ਇਹ ਉਹ ਕਮਰਾ ਇਹ ਉਹਦੀ ਛੱਤ ਦੇ ਵਿੱਚ ਦਰਖਤ ਉੱਗ ਗਿਆ ਪਤਾ ਨਹੀਂ ਕਦੋਂ ਦੀ ਛੱਤ ਡਿੱਗੀ ਹੈ ਦਰਖਤ ਵੀ ਵਿੱਚ ਉੱਗ ਚੁੱਕਿਆ ਅੱਛਾ ਤੁਸੀਂ ਜਦੋਂ ਇਹ ਪੂਰਾ ਚੱਕਰ ਲਾਉਂਦੇ ਹੋ ਨਾ ਤਾਂ ਤੁਹਾਨੂੰ ਇਸ ਤਰ੍ਹਾਂ ਲੱਗਦਾ ਕਿ ਜਿਸ ਤਰ੍ਹਾਂ ਤੁਸੀਂ ਸ਼ਾਹੀ ਕਿਲੇ 'ਚ ਫਿਰ ਰਹੇ ਹੋ ਇਹ ਦੇਖੋ ਨਾ ਪਰਾ ਸਾਰਾ ਅਲੀਪੁਰ ਸੈਦਾਂ ਦਾ ਪਿੰਡ ਅਤੇ ਇਹ ਵਿੱਚ ਜਨਾਬ ਉਹ ਜਿਹੜੀ ਤਰੀਖੀ ਹਵੇਲੀ ਹੈ ਮਹੱਲ ਨਮਾ ਹਵੇਲੀ ਸੈਦ ਖਾਨਦਾਨ ਦੀ ਅਲੀਪੁਰ ਸੈਦਾਂ ਸ਼ਰੀਫ ਦੇ ਅਤੇ ਇਹ ਜਨਾਬ ਉਹਦੇ ਆ ਗਏ ਇਹ ਇੱਕ ਕਮਰਾ ਸੀ ਇੱਥੇ ਟੱਟ ਗਿਆ ਇਹ ਉਹਦਾ ਖੋਲਾ ਹੀ ਹੁਣ ਰਹਿ ਗਿਆ ਇਹ ਦੇਖੋ ਨਾ ਇਹ ਕਮਰੇ 'ਚ ਕੀ ਹੈ ਇੱਕ ਮਿੰਟ ਅੱਛਾ ਇਹ ਤਾਂ ਮੇਰਾ ਹਾਲੋ ਪੌੜੀਆਂ ਦਾ ਥੱਲਾ ਜਿਹੜਾ ਛੋਟਾ ਜਿਹਾ ਸਟੋਰ ਹੁੰਦਾ ਉਹ ਹੈਗਾ ਸੀੜੀਆਂ ਦੇ ਥੱਲੇ ਅਤੇ ਇਹ ਜਨਾਬ ਸਾਹਮਣੇ ਵੀ ਕਮਰਾ ਅਤੇ ਇਹ ਆ ਗਿਆ ਐਸ਼ਦਾਨ ਆਤਿਸ਼ਦਾਨ ਅੱਗ ਸੇਕਣ ਵਾਲਾ ਇਹ ਬਣਿਆ ਇਹ ਵੀ ਕਦੀਮੀ ਕਮਰਾ ਗੋ ਕੇ ਢਹਿ ਚੁੱਕਿਆ ਇੱਥੋਂ ਇਹਦੇ ਅੰਦਰ ਚੱਲਦੇ ਹਾਂ ਅੰਦਰ ਮੇਰੇ ਤਬੂਣੀਆਂ ਨੇ ਅੰਦਰ ਨਹੀਂ ਜਾਣਾ ਚਾਹੀਦਾ ਬਿਹਤਰ ਇਹੀ ਹੈ ਉਹ ਉੱਤੇ ਛੱਤ 'ਤੇ ਤਬੂਣੀਆਂ ਲੱਗੀਆਂ ਵਾਪਸ ਚੱਲ ਕੇ ਤੁਹਾਨੂੰ ਇਹ ਦੇਖੋ ਨਾ ਸਾਰੀ ਬੈਲਕੋਨੀ ਜਿਹੜੀ ਬਣੀ ਹੈ ਟੈਰਿਸ ਬਣਿਆ ਇਹ ਇੱਕ ਮਜ਼ੀਦ ਉੱਥੇ ਚੁਬਾਰਾ ਹੈ ਇਹਦੀਆਂ ਸੀੜੀਆਂ ਤਾਂ ਬਹੁਤ ਹੀ ਡੇਂਜਰਸ ਨੇ ਲੇਕਿਨ ਮੈਂ ਰਿਸਕ ਲੈ ਰਿਹਾ ਉੱਤੇ ਜਾ ਰਿਹਾ ਬਹੁਤ ਹੀ ਬਸੀਦਾ ਹਾਲਤ ਦੇ 'ਚ ਨੇ ਕਿਉਂਕਿ ਉੱਥੇ ਵੇਖਣਾ ਵੀ ਤਾਂ ਹੈ ਨਾ ਚੁਬਾਰੇ ਦੇ ਉੱਤੋਂ ਕਿਸ ਤਰ੍ਹਾਂ ਦਾ ਮਾਹੌਲ ਹੈ ਇਹ ਮੈਂ ਆਹਿਸਤਾ ਆਹਿਸਤਾ ਜਨਾਬ ਆ ਗਿਆ ਇਹ ਉੱਤੇ ਅੱਛਾ ਅੱਛਾ ਉੱਤੇ ਕੁਛ ਵੀ ਨਹੀਂ ਹੈ ਤਾਂ ਖਿੜਕੀ ਹੈ ਓਏ ਹੋ ਅੱਛਾ ਅੱਛਾ ਕਮਰੇ ਟੱਟ ਗਏ ਨੇ ਇਹਦੇ ਉੱਤੇ ਜਿਹੜੀ ਜਾਂਦੀ ਸੀ ਨਾ ਛੱਤ ਉਹ ਟੱਟ ਗਈ ਹੈ ਅਤੇ ਇਹ ਜਨਾਬ ਹੈ ਪਿੱਛੇ ਸਾਰੀਆਂ ਪੈ ਰਹੀਆਂ ਅਲੀਪੁਰ ਸੈਦਾਂ ਸ਼ਰੀਫ ਦੀ ਹੈ ਜਿਹੜੀ ਕੋਠੀ ਹੈ ਉਹਦੇ ਬੈਕ ਸਾਈਡ 'ਤੇ ਟਾਵਰ ਲੱਗਿਆ ਮੋਬਾਈਲ ਕੰਪਨੀ ਦਾ ਥੱਲੇ ਚੱਲਦੇ ਹਾਂ ਆਰਾਮ ਨਾਲ ਮੈਨੂੰ ਤਾਂ ਬੜਾ ਡਰ ਲੱਗ ਰਿਹਾ ਕਿ ਉਹ ਨਾ ਜੇ ਤਾਂ ਮੈਂ ਡਿੱਗਾਂ ਨਾ ਅਤੇ ਗਰਾਊਂਡ ਫਲੋਰ 'ਤੇ ਡਾਇਰੈਕਟ ਜਾਣਾ ਬਗੈਰ ਕਿਸੇ ਲਿਫਟ ਤੋਂ ਅੱਛਾ ਇਹ ਜਨਾਬ ਆ ਗਿਆ ਹੁਣ ਉਹ ਦੂਸਰੀ ਸਾਹਮਣੀ ਸਾਈਡ 'ਤੇ ਚੱਲਦੇ ਹਾਂ ਸਾਹਮਣੀ ਸਾਈਡ ਜਿਹੜੀ ਹੈਗੀ ਨਾ ਤਾਂ ਕਿ ਉੱਧਰ ਕੀ ਹੈਗਾ ਕਮਰੇ ਕੈਸੇ ਨੇ ਅੱਛਾ ਜੀ ਇਹ ਕਮਰਾ ਆਇਆ ਇਹਦੇ 'ਚ ਸੀਲ ਕੁੱਕੜ
ਤੇ ਕਬੂਤਰ ਐ ਮੈਨੂੰ ਕੁੱਕੜ ਨਜ਼ਰ ਆ ਰਹੇ ਨੇ ਜਾਨਵਰ ਰੱਖੇ ਨੇ ਜਿਹੜਾ ਵੀ ਕੋਈ ਹਵੇਲੀ ਦੀ ਲੁੱਕ ਆਫਟਰ ਕਰਦਾ ਉਹਨੇ ਫਿਰ ਜਾਨਵਰ ਰੱਖੇ ਨੇ ਆਪਣਾ ਸ਼ੌਕ ਤੇ ਇਹ ਓਰੀਜਨਲ ਛੱਤਾਂ ਜਨਾਬ ਆ ਗਈਆਂ ਵਾਹ ਜੀ ਵਾਹ ਕਿਆ ਬਾਤ ਹੈ ਇਹ ਜਨਾਬ ਕਮਰੇ ਇਹ ਵੀ ਖੋਲੇ ਬਣ ਗਏ ਨੇ ਇਹ ਜਨਾਬ ਅੱਜ ਖੋਲੇ ਬਣ ਗਏ ਨੇ ਇਹ ਦੇਖੋ ਦੇਖੋ ਨਾ ਵਾਹ ਜੀ ਵਾਹ ਛੱਤਾਂ ਦੇਖੋ ਓਰੀਜਨਲ ਛੱਤਾਂ ਲੇਕਿਨ ਟੁੱਟਦੀਆਂ ਸ਼ੁਰੂ ਹੋ ਗਈਆਂ ਨੇ ਇਹ ਬਿਲਕੁਲ ਖੰਡਰ ਬਣਦੀ ਜਾ ਰਹੀ ਹੈ ਹਵੇਲੀ ਅਲੀਪੁਰ ਸਈਦਾਂ ਦੇ ਵਿੱਚ ਇਹ ਦੇਖੋ ਇਹ ਅਲਮਾਰੀ ਹਾਂਜੀ ਅਤੇ ਇਹ ਸਾਹਮਣੇ ਫਿਰ ਮੈਂ ਬਾਹਰ ਆ ਗਿਆ ਬਾਲਕੋਨੀ ਦੇ ਵਿੱਚ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਨਾ ਮੇਰੀ ਕੋਸ਼ਿਸ਼ ਹੁੰਦੀ ਤੁਹਾਡੇ ਸਾਹਮਣੇ ਪੇਸ਼ ਕਰਾਂ ਇਸ ਤੋਂ ਪਹਿਲੇ ਕਿ ਖਤਮ ਹੋ ਜਾਣ ਤਾਂ ਕਿ ਜਿਹੜੇ ਕਦੀਮੀ ਸਕਾਫਤੀ ਚੀਜ਼ਾਂ ਨੇ ਉਹ ਰਿਕਾਰਡ ਦਾ ਹਿੱਸਾ ਬਣ ਜਾਵੇ ਤਾਂ ਕਿ ਆਉਣ ਵਾਲੀ ਨਸਲਾਂ ਨੂੰ ਪਤਾ ਲੱਗੇ ਕਿ ਉਦੋਂ ਫਨੇ ਤਮੀਰ ਕੈਸਾ ਹੁੰਦਾ ਸੀ ਥੱਲੇ ਜਾਣ ਦਾ ਟਾਈਮ ਆ ਗਿਆ ਬਿਲਕੁਲ ਜੀ ਅੱਛਾ ਇਹ ਕਿੱਡਾ ਵੱਡਾ ਰੋਸ਼ਨਦਾਨ ਹੈ ਜੀ ਸੀੜੀਆਂ ਦੇ ਦਰਮਿਆਨ 'ਚ ਬਣਿਆ ਥੱਲੇ ਚੱਲ ਕੇ ਲਓ ਜੀ ਦੋਸਤ ਇਹ ਸੀ ਅੱਜ ਦੀ ਵੀਡੀਓ ਉਮੀਦ ਹੈ ਤੁਹਾਨੂੰ ਅੱਛੀ ਲੱਗੀ ਹੋਏਗੀ ਔਰੰਗਜ਼ੇਬ ਨੂੰ ਇਜਾਜ਼ਤ ਦਿਓ ਨਵੀਂ ਵੀਡੀਓ ਨਾਲ ਤੁਹਾਡੀ ਖਿਦਮਤ 'ਚ ਫਿਰ ਹਾਜ਼ਰ ਹੋਵਾਂਗਾ ਅੱਲਾ ਹਾਫਿਜ਼